ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ। ਮੈਂ ਪਰਮ ਭਾਰਦਵਾਜ। ਅੱਜ ਦਸੂਹਾ ਐਸਟੀਐਮ ਜੋਤੀਵਾਲਾ ਮੱਟੂ ਅਤੇ ਐਸਐਚਓ ਗੁਰਦੇਵ ਸਿੰਘ ਵੱਲੋਂ ਸਪੈਸ਼ਲ ਚੈਕਿੰਗ ਦੌਰਾਨ 8 ਗੱਡੀਆਂ ਦੇ ਚਲਾਨ ਕੱਟੇ ਅਤੇ 5 ਗੱਡੀਆਂ ਨੂੰ ਬੌਂਡ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਵਾਰ-ਵਾਰ ਅਪੀਲ ਕਰਨ ਤੋਂ ਬਾਅਦ ਵੀ ਲੋਕ ਸਮਝਣ ਨੂੰ ਤਿਆਰ ਨਹੀਂ ਹਨ। ਐਸਡੀਐਮ ਜੋਤੀਵਾਲਾ ਮੱਟੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਬੈਂਕ ਜਾਂ ਕਿਸੇ ਵੀ ਕੰਮ ਲਈ ਘਰੋਂ ਬਾਹਰ ਆਉਣਾ ਹੈ ਤਾਂ ਇੱਕ ਹੀ ਮੈਂਬਰ ਬਾਹਰ ਆਵੇ ਅਤੇ ਉਸ ਤੋਂ ਵੀ ਕਰਫਿਊ ਪਾਸ ਹੋਣਾ ਲਾਜ਼ਮੀ ਹੈ। ਉਲੰਘਣਾ ਕਰਨ ਵਾਲੇ ਤੇ ਹੋਵੇਗੀ ਸਖ਼ਤ ਕਾਰਵਾਈ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੇ ਨਾਲ ਦਸੂਹਾ ਤੋਂ ਸੋਨੀਆ ਉੱਪਲ ਦੀ ਰਿਪੋਰਟ। ਅੱਜ ਜਿਹੜਾ ਹੈ ਜੀ, ਅਸੀਂ ਆਪਣੀ ਚੈਕਿੰਗ ਟੀਮ ਦੇ ਨਾਲ ਐਸਡੀਐਮ ਦਸੂਹਾ ਔਰ ਨਾਲ ਮੇਰੇ ਨੇ ਐਸਐਚਓ ਸਾਹਿਬ ਔਰ ਉਸ ਤੋਂ ਇਲਾਵਾ ਸਾਡੀ ਨਾਲ ਚੈਕਿੰਗ ਟੀਮ ਹੈ। ਅੱਜ ਖਾਸ ਤੌਰ ਦੇ ਉੱਪਰ ਇਸ ਕਾਰਨ ਫਿਰ ਫਲੈਗ ਮਾਰਚ ਤਾਂ ਰੋਜ਼ ਦੀ ਤਰ੍ਹਾਂ ਅਸੀਂ ਕੱਢਦੇ ਹੀ ਹਾਂ, ਲੇਕਿਨ ਅੱਜ ਜਿਹੜੀ ਖਾਸ ਤੌਰ 'ਤੇ ਅਪੀਲ ਮੇਰੀ ਜਿਹੜੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਕਿਰਪਾ ਕਰਕੇ ਜੇ ਬੈਂਕਾਂ ਦੇ ਵਿੱਚ ਵੀ ਆਪਾਂ ਕੋਈ ਕੰਮ ਕਰਨ ਆ ਰਹੇ ਹਾਂ, ਆਪਣਾ ਕਰਫਿਊ ਪਾਸ ਲੈ ਕੇ ਆਓ। ਇੱਥੇ ਜਿਹੜੀ ਚੀਜ਼ ਦੇਖੀ ਗਈ ਹੈ ਕਿ ਲੋਕ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਅਪੀਲ ਵਾਰ-ਵਾਰ ਹੋ ਰਹੀ ਹੈ, ਵਾਰ-ਵਾਰ ਜਿਹੜੀਆਂ ਵਾ ਅਸੀਂ ਪ੍ਰਾਰਥਨਾ ਕਰ ਰਹੇ ਹਾਂ, ਹੱਥ ਜੋੜ ਕੇ ਬੇਨਤੀਆਂ ਕਰ ਰਹੇ ਹਾਂ ਕਿ ਕਿਰਪਾ ਕਰਕੇ ਇੱਕ ਸੋਸ਼ਲ ਡਿਸਟੈਂਸ ਜਿਹੜਾ ਆ ਉਹ ਅਸੀਂ ਮੇਨਟੇਨ ਕਰਨਾ, ਜਿਸ ਤਰੀਕੇ ਦੇ ਨਾਲ ਕੋਰੋਨਾ ਵਾਇਰਸ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਹੈ। ਜਦੋਂ ਕਰਫਿਊ ਲਗਾਇਆ ਜਾ ਚੁੱਕਾ ਆ, ਜਦੋਂ ਲੋਕਡਾਊਨ ਹੈ, ਤੁਸੀਂ ਅਗਰ ਘਰੋਂ ਆਪਣੇ ਬਾਹਰ ਨਿਕਲਣਾ ਤਾਂ ਇੱਕ ਬੰਦੇ ਨੇ ਨਿਕਲਣਾ, ਉਹ ਵੀ ਕਰਫਿਊ ਪਾਸ ਲੈ ਕੇ ਆਉਣਾ। ਲੇਕਿਨ ਜਿਸ ਤਰੀਕੇ ਦੇ ਨਾਲ ਇੱਥੇ ਨਜ਼ਰ ਆਇਆ ਕਿ ਬੈਂਕਾਂ ਦੇ ਬਾਹਰ ਪਤਾ ਨਹੀਂ ਲੋਕ ਕਿਉਂ ਇਸ ਚੀਜ਼ ਪ੍ਰਤੀ ਗੰਭੀਰ ਨਹੀਂ ਹੈ, ਮੇਰੀ ਤਾਂ ਇੱਕ ਵਾਰ-ਵਾਰ ਫਿਰ ਗੁਜ਼ਾਰਿਸ਼ ਹੈ, ਵਾਰ-ਵਾਰ ਫਿਰ ਬੇਨਤੀ ਹੈ ਕਿ ਮੈਂ ਸੜਕਾਂ ਦੇ ਉੱਪਰ ਹਮੇਸ਼ਾ ਨਹੀਂ ਹੋ ਸਕਦੀ, DSP ਸੜਕਾਂ ਦੇ ਉੱਪਰ ਹਮੇਸ਼ਾ ਨਹੀਂ ਹੋ ਸਕਦੇ, SHO ਸੜਕ 'ਤੇ ਹਮੇਸ਼ਾ ਨਹੀਂ ਤੁਰ ਸਕਦੇ, ਸੜਕ 'ਤੇ ਤੁਰਨਾ ਹੈ ਤੁਹਾਡੀ ਸਮਝ ਨੇ। ਇਸ ਲੋਕਡਾਊਨ ਨੂੰ, ਇਸ ਕਰਫਿਊ ਨੂੰ ਸਫਲ ਬਣਾਉਣਾ ਹੈ ਤੁਹਾਡੀ ਸਮਝ ਨੇ। ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਜਿਹੜੀ ਹੈ ਭਾਰਤ ਨੇ, ਪੰਜਾਬ ਨੇ ਉਹਨੂੰ ਨਜਿੱਠਣਾ ਹੈਗਾ ਅਸੀਂ ਆਪਣੀ ਸਮਝ ਔਰ ਸੂਝਬੂਝ ਦੇ ਨਾਲ। ਔਰ ਜਿਸ ਤਰੀਕੇ ਨਾਲ ਮੈਨੂੰ ਬੈਂਕਾਂ ਦੇ ਬਾਹਰ ਇੰਨੀ ਭੀੜ ਨਜ਼ਰ ਆਈ, ਮੈਨੂੰ ਇਮੀਡੀਏਟਲੀ ਜਿਹੜਾ ਬੈਂਕਾਂ ਨੂੰ ਕਹਿਣਾ ਪਿਆ ਕਿ ਇਮੀਡੀਏਟਲੀ ਸਰਵਿਸ ਜਿਹੜੀ ਹੈ ਉਹ ਬੰਦ ਕਰ ਦਿਉ। ਕੱਲ੍ਹ ਇਸੇ ਹੀ ਤਰੀਕੇ ਦੇ ਨਾਲ ਮਾਨਯੋਗ ਜੋ DC ਸਾਹਿਬ ਦਾ ਦਿਸ਼ਾ ਨਿਰਦੇਸ਼ ਹੋਣਗੇ, ਜੋ ਪੰਜਾਬ ਸਰਕਾਰ ਦਾ ਹੁਕਮ ਹੋਏਗਾ, ਉਹਦੇ ਅਕੋਰਡਿੰਗ ਬੈਂਕਾਂ ਕੰਮ ਕਰਨਗੀਆਂ। ਲੇਕਿਨ ਬੈਂਕ ਦੇ ਵਿੱਚ ਜਿਹੜੇ ਵੀ ਆਉਣਾ ਆ ਆਪਣਾ ਕਰਫਿਊ ਪਾਸ ਲੈ ਕੇ ਆਏ, ਔਰ ਕਰਫਿਊ ਪਾਸ ਲੈਣ ਦਾ ਬੜਾ ਸੌਖਾ ਤਰੀਕਾ ਆ, ਔਨਲਾਈਨ ਤੁਸੀਂ ਕੀ ਕਰਨਾ, ਅਪਲਾਈ ਕਰਨਾ। ਔਰ ਔਨਲਾਈਨ ਅਪਲਾਈ ਕਰਨ ਦਾ ਜੇ ਲਿੰਕ ਨਹੀਂ ਪਤਾ ਲੱਗਦਾ, ਮੈਂ ਵਾਰ-ਵਾਰ ਬੋਲਦੀ ਹਾਂ, ਸਾਡਾ ਕੰਟਰੋਲ ਰੂਮ ਨੰਬਰ ਜਿਹੜਾ ਆ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕੰਮ ਕਰਦਾ। ਮੈਂ ਤਾਂ ਫਿਰ ਬੋਲ ਰਹੀ ਹਾਂ, 0-18-82-0-1-88-3-2-8-5-0-2-2, ਉੱਥੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਕਿਵੇਂ ਅਸੀਂ ਜਿਹੜਾ ਆ ਔਨਲਾਈਨ ਅਪਲਾਈ ਕਰਨਾ। ਅਸੀਂ ਪੰਜਾਬ ਦੀ ਸਾਰੀ ਜਨਤਾ ਬੜੀ ਪੜ੍ਹੀ ਲਿਖੀ ਆ, ਸਾਨੂੰ ਸਭ ਨੂੰ ਫੋਨ ਚਲਾਉਣਾ ਆਉਂਦਾ ਆ, ਅਤੇ ਮੈਨੂੰ ਲੱਗਦਾ ਔਨਲਾਈਨ ਅਪਲਾਈ ਕਰਨਾ ਸਾਡੇ ਲਈ ਔਖਾ ਗੱਲ ਨਹੀਂ ਹੈ। ਔਰ ਔਨਲਾਈਨ ਦਾ ਸਿਸਟਮ ਵੀ ਇਸੇ ਕਾਰਨ ਸ਼ੁਰੂ ਕੀਤਾ ਗਿਆ ਕਿ ਕਰਫਿਊ ਸਫਲ ਹੋ ਸਕੇ। ਤੁਸੀਂ ਘਰ ਦੇ ਵਿੱਚ ਬੈਠੋ, ਜੇ ਕਿਤੇ ਬਾਹਰ ਆਉਣਾ ਪੈਂਦਾ ਇੱਕ ਵਿਅਕਤੀ ਬਾਹਰ ਆਏ, ਜੇ ਕਿਤੇ ਤੁਹਾਨੂੰ ਬਾਹਰ ਐਮਰਜੈਂਸੀ ਦੀ ਲੋੜ ਹੈ ਇੱਕ ਵਿਅਕਤੀ ਨੇ ਬਾਹਰ ਆਉਣਾ ਆ। ਇਸ ਕਰਕੇ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਕਰਫਿਊ ਨੂੰ, ਇਸ ਲੋਕਡਾਊਨ ਨੂੰ ਸਫਲ ਜਿਹੜਾ ਆ ਪ੍ਰਸ਼ਾਸਨ ਕਰ ਰਿਹਾ ਆਪਣਾ ਕੰਮ, ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਆ ਰਹੇ ਆ, ਸਰਕਾਰ ਵੱਲੋਂ ਆਦੇਸ਼ ਜੋ ਹੋ ਰਹੇ ਆ ਪ੍ਰਸ਼ਾਸਨ ਜਿਹੜਾ ਆ ਉਹਨੂੰ ਇੰਪਲੀਮੈਂਟ ਕਰਵਾ ਰਿਹਾ। ਲੇਕਿਨ ਤੁਹਾਡੇ ਸਹਿਯੋਗ ਤੋਂ ਬਗੈਰ ਅਸੀਂ ਜਿਹੜਾ ਆ ਇਸ ਮਹਾਂਮਾਰੀ ਨਾਲ ਨਜਿੱਠਣ ਦੇ ਵਿੱਚ 100% ਸਫਲ ਨਹੀਂ ਹੋ ਸਕਦੇ। ਉਸੇ ਵੇਲੇ ਹੋਏਗਾ ਜਦੋਂ ਪਬਲਿਕ ਦਾ ਸਹਿਯੋਗ ਹੈ, ਅਤੇ ਪਬਲਿਕ ਦਾ ਸਹਿਯੋਗ
ਇੱਕ ਚੀਜ਼ ਦੇ ਨਾਲ ਹੈ, ਕਿਰਪਾ ਕਰਕੇ ਆਪਣੇ ਘਰਾਂ ਦੇ ਵਿੱਚ ਬੈਠੋ ਜੀ, ਆਪਣੇ ਆਪ ਨੂੰ ਆਈਸੋਲੇਟ ਕਰੋ, ਆਪਣੇ ਆਪ ਨੂੰ ਕੁਆਰੰਟਾਈਨ ਕਰੋ, ਅਤੇ ਜੇ ਆਉਣਾ ਪੈਂਦਾ ਆ ਪਾਸ ਲੈ ਕੇ ਆਓ। ਇਹ ਕਰਫਿਊ ਜਿਹੜਾ ਹੈ ਤੁਹਾਡੇ ਘੁੰਮਣ ਫਿਰਨ ਲਈ ਨਹੀਂ ਹੈ, ਇਹ ਕਰਫਿਊ ਇਸੇ ਕਾਰਨ ਹੈ ਕਿ ਕਿਰਪਾ ਕਰਕੇ ਘਰ ਬੈਠ ਕੇ ਇਸ ਬਿਮਾਰੀ ਤੋਂ, ਇਸ ਵਾਇਰਸ ਤੋਂ ਬਚਣ ਲਈ ਅਸੀਂ ਜਿਹੜਾ ਆ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ ਔਰ ਸਰਕਾਰ ਦੀਆਂ ਹਦਾਇਤਾਂ ਦੀ ਜਿਹੜੀ ਆ ਪਾਲਣਾ ਕਰਨੀ ਹੈ। ਮੈਡਮ ਅੱਜ ਕਿੰਨੇ ਚਲਾਨ ਕੱਟੇ ਰੋਡ 'ਤੇ ਖੜੇ ਕਰਕੇ, ਕਿੰਨੀਆਂ ਗੱਡੀਆਂ ਬਾਉਂਡ ਕਰਨ ਦੀ? ਅਸੀਂ ਤਾਂ ਹਜੇ ਇਨ ਪ੍ਰੋਸੈਸ ਕੱਟੀ ਜਾ ਰਹੇ, ਚਲਾਨ ਵੀ ਕੀਤੇ ਆ, ਅਸੀਂ ਬਾਉਂਡ ਵੀ ਕੀਤੀਆਂ ਗੱਡੀਆਂ, ਮਜਬੂਰੀ 'ਚ ਕਰਨਾ ਪੈ ਰਿਹਾ ਸਾਨੂੰ, ਔਰ ਉਹਦੀ ਜਿਹੜੀ ਆ ਜਾਣਕਾਰੀ ਤੁਹਾਨੂੰ SHO ਸਾਹਿਬ ਦੇ ਦੇਣਗੇ। ਲੇਕਿਨ ਉਹਦੇ ਨਾਲ ਨਾਲ ਮੇਰੀ ਅਪੀਲ ਤਾਂ ਫਿਰ ਉਹੀ ਹੈ ਕਿ ਜਿੱਥੇ ਕਿਤੇ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਕਿਵੇਂ ਔਨਲਾਈਨ ਅਪਲਾਈ ਕਰਨਾ, ਕਰਫਿਊ ਪਾਸ ਲੈ ਕੇ ਹੀ ਅਸੀਂ ਜਿਹੜੀਆਂ ਸੜਕਾਂ ਦੇ ਉੱਪਰ ਨਿਕਲਣਾ, ਬਿਨਾਂ ਕਰਫਿਊ ਪਾਸ ਤੋਂ ਅਗਰ ਕੋਈ ਸੜਕਾਂ ਦੇ ਉੱਪਰ ਸਾਨੂੰ ਨਜ਼ਰ ਆਏਗਾ ਤਾਂ ਪ੍ਰਸ਼ਾਸਨ ਇਸੇ ਤਰੀਕੇ ਨਾਲ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਏਗਾ ਜੀ।